ਹਰ ਪਿੰਡ 'ਚ ਦੋ ਚਾਰ ਇਹੋ ਜਿਹੇ ਮਲੰਗ ਹੁੰਦੇ ਆ ਜਿਹਨੂੰ ਕੋਈ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਉਂਦਾ। ਹੈਂ ਉਹ ਸਾਰੇ ਝਾੜੂ ਵਾਲੇ ਸੀ, ਸਾਰੇ ਝਾੜੂ ਵਾਲੇ 'ਚ ਆਪਣੇ 13,000 ਪਿੰਡ ਹੈ, 13,000 ਦੇਖੋ 30-35,000 ਮਲੰਗ ਉਹਨਾਂ ਕੋਲ ਸੀ ਜਿਹੜਾ 24 ਘੰਟੇ ਆਪਾਂ ਨੂੰ ਗਾਲਾਂ ਕੱਢਦਾ ਰਿਹਾ। ਅਤੇ ਆਪਾਂ ਸਮਝਣ ਲੱਗ ਗਏ ਕਿ ਪਤਾ ਨਹੀਂ ਕਿਹੋ ਜਿਹਾ ਤੂਫਾਨ ਆ ਗਿਆ, ਕਿਹੋ ਜਿਹਾ ਤੂਫਾਨ ਆ ਗਿਆ, ਜਾਂ ਤੂਫਾਨ ਤੁਸੀਂ ਹੋ। ਆਹ ਲੜਾਈ ਕੌਮ ਦੀ ਹੈ, ਪੰਜਾਬ ਦੀ ਹੈ, ਪੰਜਾਬ ਦੇ ਬਚਾਉਣ ਦੀ ਲੜਾਈ ਹੈ। ਆਪਾਂ ਸਮਝ ਨਹੀਂ ਰਹੇ, ਜਾਇਜ਼ ਹੀ ਹਾਲਾਤ ਬਣਾ ਤੀ ਹੈ ਝਾੜੂ ਵਾਲਿਆਂ ਨੇ। 50,000 ਕਰੋੜ ਰੁਪਏ ਦਾ ਕਰਜ਼ਾ 1 ਸਾਲ 'ਚ ਲੈ ਲਿਆ, ਇਹਨੂੰ ਪਤਾ ਹੀ ਨਹੀਂ ਸਰਕਾਰ ਚਲਾਉਣੀ ਕਿਵੇਂ ਹੈ। ਯਾਰ ਸਰਕਾਰ ਚਲਾਉਣੀ ਇੰਨੀ ਸੌਖੀ ਨਹੀਂ ਹੈ, ਤਜਰਬੇ ਦੀ ਲੋੜ ਹੈ। ਜੇ ਤੁਸੀਂ ਅਨਾੜੀ ਨੂੰ ਨਵੀਂ ਗੱਡੀ ਦੇ ਦਿਓ ਉਲਟਾ ਦੇਣੀ ਹੈ, ਇਹ ਉਲਟਾਉਣ ਦਾ ਕੰਮ ਕਰ ਰਿਹਾ ਹੈ। ਇੱਕ ਦਿਨ ਦਫ਼ਤਰ ਨਹੀਂ ਜਾਂਦਾ, ਲੋਕਾਂ ਨੂੰ ਮਿਲਦਾ ਨਹੀਂ, ਜੋ ਕਿਹਾ ਸੀ ਉਹਦੇ ਉਲਟ ਕਰ ਰਿਹਾ। ਆਹ ਤਾਂ ਸੋਚਦਾ ਕਿ ਮੈਂ ਮੁੱਖ ਮੰਤਰੀ ਬਣ ਗਿਆ। ਮੁੱਖ ਮੰਤਰੀ ਬਣਨਾ ਸੌਖਾ ਹੈ, ਮੁੱਖ ਮੰਤਰੀ ਜ਼ਿੰਮੇਵਾਰੀ ਨਿਭਾਉਣੀ ਬਹੁਤ ਔਖੀ ਹੈ। ਇੱਕ ਨਲਾਇਕ ਬੰਦਾ ਆਪਾਂ ਗੱਡੀ ਚੜਾ ਬਿਠਾ ਦਿੱਤਾ, ਡਰਾਈਵਰ ਬਣਾ ਦਿੱਤਾ, ਨਲਾਇਕ ਨਿਖਿੱਧ। ਅਗਲੇ 5 ਸਾਲ 'ਚ ਮੈਨੂੰ ਡਰ ਹੈ ਇਹੋ ਜਿਹਾ ਹਾਲਤ ਕਰ ਦੂਗਾ ਕਿ ਸੰਭਾਲਣਾ ਬਹੁਤ ਔਖਾ ਹੋਣਾ ਹੈ। ਮੈਂ ਕਹਿੰਦਾ ਤੁਸੀਂ ਇੱਕੋ ਹੀ ਕੰਮ ਕਰ ਦਿਓ, ਅਗਲੇ 10 ਸਾਲ ਅਕਾਲੀ ਦਲ ਨੂੰ ਦੇ ਦਿਓ, ਤੁਸੀਂ ਦੇਖੋ ਕੋਈ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਪੈਣੀ। ਕੇਜਰੀਵਾਲ ਕੀ ਕਰ ਰਿਹਾ? ਤੁਸੀਂ ਆਰਟੀਏ, ਮੈਂ ਕਢਾਈ ਆਰਟੀਏ, ਆਰਟੀਏ ਨੂੰ ਕਢਾਇਆ ਕਿ ਕੇਜਰੀਵਾਲ ਹਿੰਦੁਸਤਾਨ ਜਦੋਂ ਜਾਂਦਾ ਉਹਦਾ ਕਿੰਨਾ ਖਰਚਾ ਹੁੰਦਾ। ਤੁਸੀਂ ਹੈਰਾਨ ਰਹਿ ਜਾਓਗੇ, ਜਿਸ ਦਿਨ ਪੰਜਾਬ ਸਰਕਾਰ ਬਣੀ ਝਾੜੂ ਵਾਲੇ ਦੀ, ਉਹਦੇ ਬਾਅਦ 1 ਰੁਪਿਆ ਨਹੀਂ ਦੇਸ਼ ਜਾਣਦਾ ਉਹਦਾ ਖਰਚਾ, ਸਾਰਾ ਪੰਜਾਬ ਸਰਕਾਰ ਭਰ ਰਹੀ ਹੈ ਉਹਦੇ ਵਾਸਤੇ। ਜਿੱਥੇ ਕੇਜਰੀਵਾਲ ਚਾਹੁੰਦਾ ਇਹਨੂੰ ਟੈਲੀਫੋਨ ਕਰ ਦਿੰਦਾ ਆਪਣੇ ਜਿਹੜਾ ਨਕਲੀ ਮੁੱਖ ਮੰਤਰੀ ਹੈ ਜਾਲੀ ਕਿ ਜਹਾਜ਼ ਲਿਆਓ ਉੱਥੇ ਜਾਣਾ, ਮੈਂ ਜਹਾਜ਼ ਲਿਆਓ ਇੱਥੇ ਜਾਣਾ। ਆਹ ਹੁਣ ਆਮ ਆਦਮੀ ਨੇ ਕੀ ਕੀਤਾ? ਸੁਪਰੀਮ ਕੋਰਟ 'ਚ, ਕਿਉਂਕਿ ਕੇਜਰੀਵਾਲ ਚਾਹੁੰਦਾ ਕਿ ਹਰਿਆਣੇ ਦੇ ਇਲੈਕਸ਼ਨ ਲੜਨੇ ਆ, ਕੇਜਰੀਵਾਲ ਚਾਹੁੰਦਾ ਕਿ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਦਿਆ ਜਾਏ, ਸੁਪਰੀਮ ਕੋਰਟ ਜਾ ਕੇ ਆਪਣਾ ਪੰਜਾਬ ਦਾ ਵਕੀਲ ਝਾੜੂ ਵਾਲਿਆਂ ਦਾ ਵਕੀਲ ਕਹਿ ਗਿਆ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਪਾਣੀ ਦੇ ਦੇਵਾਂਗੇ। ਪਰ ਆ ਓਪੋਜੀਸ਼ਨ ਪਾਰਟੀਆਂ ਰੌਲਾ ਪਾਉਂਦੀਆਂ, ਉਹਨਾਂ ਨੂੰ ਤੁਸੀਂ ਕੋਈ ਠੀਕ ਕਰੋ, ਮਤਲਬ ਸੈਂਟਰ ਨੂੰ ਕਹੋ ਕਿ ਪੁਲਿਸ ਅਤੇ ਫੌਜ ਭੇਜੇ। ਮੈਂ ਕਿਉਂ ਕਹਿ ਰਿਹਾ ਤੁਹਾਨੂੰ ਸਾਰਾ ਕੁਛ? ਆਪਾਂ ਗੱਲਾਂ 'ਚ ਆ ਗਏ। ਆ ਝਾੜੂ ਵਾਲੇ ਤੁਹਾਡੇ ਹਮਦਰਦ ਹੈ? ਇਹਨਾਂ ਨੂੰ ਕੋਈ ਲਗਾਇਆ? 7 ਮੈਂਬਰ ਪਾਰਲੀਮੈਂਟ ਬਣੇ ਹੈ, ਇਹਨਾਂ ਤੋਂ 4 ਜਾਂ 5 ਤਾਂ ਦਿੱਲੀ ਦੇ ਹੈ, ਤੁਹਾਡਾ ਮੈਂਬਰ ਪਾਰਲੀਮੈਂਟ ਵੀ ਨਹੀਂ ਬਣਾਇਆ। ਜਿਹੜੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸਕੂਲ ਐਜੂਕੇਸ਼ਨ ਬੋਰਡ ਦੇ ਵਾਈਸ ਜਿਹੜਾ ਚੇਅਰਮੈਨ ਲਾਏ, ਸਾਰੇ ਦਿੱਲੀ ਦੇ ਹੈ, ਪੰਜਾਬ ਦਾ ਹੈ ਨਹੀਂ। ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਦਿੱਲੀਓਂ ਲਾ ਕੇ ਲਾਏ ਹੈ।